ਥੋਈ ਸਾਹਿਬ 100 ਕਰੋੜ ਰੁਪਈਆ ਜੇ ਨਾਭੇ 'ਚ ਲੱਗ ਜੇ, ਨਾਭੇ ਦੀ ਕਾਇਆਕਲਪ ਹੋ ਜੇ, ਨਾਭਾ ਬਹੁਤ ਵਧੀਆ ਲੱਗੇ, ਸਾਫ਼ ਸੁਥਰਾ ਲੱਗੇ। ਨਾਭੇ ਤੁਸੀਂ ਜਿੱਥੇ ਮਰਜ਼ੀ ਚਲ ਜਾਓ, ਸੀਵਰੇਜ ਲੀਕ, ਸੜਕਾਂ ਦਾ ਬੁਰਾ ਹਾਲ, ਮਾੜਾ ਜਿਹਾ ਮੀਂਹ ਪੈਣ ਦੀ ਦੇਰ ਹੈ, ਨਾਭੇ 'ਚ ਸਾਰਾ ਨਾਭਾ ਡੁੱਬ ਜਾਂਦਾ। ਆਪਾਂ ਗੇਟ ਜਿਹੜੇ ਬਣਾ ਰਹੇ ਇਹ ਬਾਅਦ 'ਚ ਬਣਾ ਲੈਂਦੇ, ਸਭ ਤੋਂ ਪਹਿਲਾਂ ਆਪਾਂ ਨੂੰ ਸੜਕਾਂ ਦਾ, ਨਾਲੀਆਂ ਦਾ, ਸੀਵਰੇਜ ਦਾ ਕੰਮ ਕਰਨਾ ਚਾਹੀਦਾ। ਮੈਂ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੂੰ ਆਹੀ ਪੁੱਛਣਾ ਚਾਹੂੰਗਾ ਕਿ ਤੁਸੀਂ ਚਾਰੇ ਚਪੇਰੇ ਆਪਣੇ ਨਾਭੇ ਦੇ 5 ਗੇਟ ਸਾਧੂ ਸਿੰਘ ਜੀ ਬਣਾ ਰਹੇ ਨੇ, ਤੁਸੀਂ ਲਾਹੌਰਾਂ ਗੇਟ 'ਤੇ ਚਲ ਜਾਓ, ਤੁਸੀਂ ਥੋਈ ਰੋਡ 'ਤੇ ਚਲ ਜਾਓ, ਤੁਸੀਂ ਬੌੜਾਂ ਗੇਟ 'ਚ ਚਲ ਜਾਓ, ਤੁਸੀਂ ਪਟਿਆਲਾ ਗੇਟ 'ਤੇ ਚਲ ਜਾਓ, ਤੁਸੀਂ ਗ੍ਰਿੱਡ ਚੌਂਕ 'ਚ ਚਲ ਜਾਓ, ਸੜਕਾਂ ਦਾ ਇੰਨਾ ਬੁਰਾ ਹਾਲ ਹੈ। ਤੁਸੀਂ ਗੇਟ ਬਣਾਉਣੇ ਸੀ, ਬਾਅਦ 'ਚ ਬਣਾਉਣੇ ਸੀ, ਸਭ ਤੋਂ ਪਹਿਲਾਂ ਤੁਹਾਨੂੰ ਨਾਭੇ ਦੀ ਸੜਕਾਂ ਦਾ ਵਿਕਾਸ, ਸੀਵਰੇਜ ਦਾ ਵਿਕਾਸ, ਵਾਟਰ ਸਪਲਾਈ ਦਾ ਵਿਕਾਸ, ਸਟਰੀਟ ਲਾਈਟ ਦਾ ਵਿਕਾਸ ਇਹ ਕਰਨਾ ਚਾਹੀਦਾ ਸੀ। ਗੇਟ ਤਾਂ ਆਪਾਂ ਬਾਅਦ 'ਚ ਵੀ ਬਣਾ ਲੈਂਦੇ। 2 ਦਿਨ ਪਹਿਲਾਂ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਕਿ ਮੈਂ ਇੱਕ ਬਹੁਤ ਵਧੀਆ 1.5 ਕਰੋੜ ਰੁਪਈਆ ਲਾ ਕੇ ਪਾਰਕ ਬਣਾ ਰਿਹਾ, ਨਾ ਅਸੀਂ ਕਿਸੇ ਕੁੱਤੇ ਨੂੰ ਅੰਦਰ ਵੜਨ ਦੇਵਾਂਗੇ, ਨਾ ਕਿਸੇ ਬੰਦੇ ਨੂੰ ਅੰਦਰ ਵੜਨ ਦੇਵਾਂਗੇ। ਮੈਂ ਸਾਧੂ ਸਿੰਘ ਧਰਮਸੇ ਜੀ ਨੂੰ ਪੁੱਛਣਾ ਚਾਹੁੰਦਾ, ਜੇ ਆਪਾਂ ਕਿਸੇ ਕੁੱਤੇ ਦੇ ਬੰਦੇ ਨੂੰ ਅੰਦਰ ਨਹੀਂ ਵੜਨ ਦੇਵਾਂਗੇ ਤਾਂ ਇਹ ਜੇ ਪਾਰਕ ਬਣਾਉਣ ਦਾ ਫਾਇਦਾ ਕੀ ਹੈ? ਅਸੀਂ ਕੁੱਤਾ ਬਿੱਲਾ ਦਾ ਸੁਣਿਆ ਸੀ, ਕੁੱਤਾ ਬੰਦਾ ਅਸੀਂ ਮੰਤਰੀ ਸਾਹਿਬ ਦੇ ਮੂੰਹ ਤੋਂ ਪਹਿਲੀ ਵਾਰੀ ਸੁਣ। ਕੈਪਟਨ ਸਾਹਿਬ ਨੇ ਪੰਜਾਬੀਆਂ ਦੇ ਨੌਜਵਾਨ ਮੁੰਡਿਆਂ ਲਈ ਇਹ ਵਾਅਦਾ ਕੀਤਾ ਸੀ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਜੇ ਅਸੀਂ ਨੌਕਰੀ ਨਹੀਂ ਦੇ ਸਕਦੇ ਤਾਂ ਅਸੀਂ 2500 ਬੇਰੁਜ਼ਗਾਰੀ ਭੱਤਾ ਦੇਵਾਂਗੇ। ਕੈਪਟਨ ਸਾਹਿਬ ਨੇ 3 ਪਰਿਵਾਰਾਂ ਨੂੰ 2017 ਤੋਂ ਲੈ ਕੇ 2021 ਚੱਲ ਰਿਹਾ, 6 ਮਹੀਨੇ ਸਰਕਾਰ ਦੇ ਰਹਿ ਗਏ, 3 ਪਰਿਵਾਰਾਂ ਨੂੰ ਜਿਹੜੇ ਕਰੋੜਪਤੀ ਪਰਿਵਾਰ ਨੇ, ਸਰਦਾਰ ਰਣਜੀਤ ਸਿੰਘ ਬਿੱਟੂ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਲੁਧਿਆਣੋ ਤੋਂ, ਉਹਨਾਂ ਦੇ ਛੋਟੇ ਭਰਾ ਨੂੰ ਉਹਨਾਂ ਨੇ DSP ਦਾ ਅਹੁਦਾ ਦਿੱਤਾ। ਉਹਨਾਂ ਨੇ ਸਰਦਾਰ ਫਤਿਹ ਜੰਗ ਬਾਜਵਾ ਜੀ ਜਿਹੜੇ ਮੌਜੂਦਾ MLA ਨੇ, ਜਿਨ੍ਹਾਂ ਦੇ ਵੱਡੇ ਭਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਤੇ ਮੌਜੂਦਾ ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਦੇ ਬੇਟੇ ਨੂੰ ਫਤਿਹ ਜੰਗ ਜੀ ਦੇ ਉਹਨਾਂ ਨੇ ਇੰਸਪੈਕਟਰ ਦੀ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ। ਕੇਸ਼ ਪਾਂਡੇ ਜੀ ਜਿਹੜੇ 6 ਵਾਰ ਤੋਂ ਕਾਂਗਰਸ ਪਾਰਟੀ ਦੇ MLA ਨੇ, ਉਹਨਾਂ ਦੇ ਬੇਟੇ ਨੂੰ ਨੈਬ ਤਹਿਸੀਲਦਾਰ ਦੀ ਨੌਕਰੀ ਦਿੱਤੀ। ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕੈਪਟਨ ਸਾਹਿਬ ਪੂਰੇ ਪੰਜਾਬ 'ਚ ਇੰਨੇ ਨੌਜਵਾਨ ਆਪਣੇ ਵਿਹਲੇ ਬੈਠੇ ਨੇ, ਬੇਰੁਜ਼ਗਾਰੀ ਇੰਨੀ ਜ਼ਿਆਦਾ ਵੱਧ ਗਈ ਪੰਜਾਬ 'ਚ, ਤੁਹਾਨੂੰ ਆਹ 3 ਪਰਿਵਾਰ ਹੀ ਦਿਖੇ ਨੇ, ਇਹ ਸਭ ਤੋਂ ਵੱਡੇ ਬੇਰੁਜ਼ਗਾਰ ਨੇ। ਸਰਦਾਰ ਰਣਜੀਤ ਸਿੰਘ ਬਿੱਟੂ ਜੀ ਨੇ ਸਾਡੇ ਦਲਿਤ ਭਾਈਚਾਰੇ ਵਾਸਤੇ ਸ਼ਬਦਾਵਲੀ ਵਰਤੀ ਹੈ, ਮੈਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰਦਾ, ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਆਪਣੀ ਇਹ ਜਿਹੜੇ ਸ਼ਬਦ ਸਾਡੇ ਭਾਈਚਾਰੇ ਬਾਰੇ ਬੋਲੇ ਨੇ ਉਹ ਵਾਪਸ ਲੈਣ। ਥੋਈ ਸਾਹਿਬ 100 ਕਰੋੜ ਰੁਪਈਆ ਜੇ ਨਾਭੇ 'ਚ ਲੱਗ ਜੇ, ਨਾਭੇ ਦੀ ਕਾਇਆਕਲਪ ਹੋ ਜੇ, ਨਾਭਾ ਬਹੁਤ ਵਧੀਆ ਲੱਗੇ, ਸਾਫ਼ ਸੁਥਰਾ ਲੱਗੇ, ਨਾਭੇ ਤੁਸੀਂ ਜਿੱਥੇ ਮਰਜ਼ੀ ਚਲ ਜਾਓ, ਸੀਵਰੇਜ ਲੀਕ, ਸੜਕਾਂ ਦਾ ਬੁਰਾ ਹਾਲ, ਮਾੜਾ ਜਿਹਾ ਮੀਂਹ ਪੈਣ ਦੀ ਦੇਰ ਹੈ, ਨਾਭੇ 'ਚ ਸਾਰਾ ਨਾਭਾ ਡੁੱਬ ਜਾਂਦਾ ਹੈ, ਸਾਡੇ ਜਿਹੜੇ ਬੱਚੇ, ਸਾਡੀਆਂ ਭੈਣਾਂ ਮਾਹਾਂ, ਆਪਣਾ ਉਹਨਾਂ ਨੂੰ ਨਿਕਲਣਾ ਬਹੁਤ ਔਖਾ ਹੋ ਜਾਂਦਾ ਜਦੋਂ ਪਾਣੀ ਸੜਕ 'ਤੇ ਖੜ ਜਾਂਦਾ। ਮੈਂ ਇਹੀ ਬੇਨਤੀ ਕਰੂੰਗਾ ਕਿ ਆਪਾਂ ਗੇਟ ਜਿਹੜੇ ਬਣਾ ਰਹੇ ਇਹ ਬਾਅਦ 'ਚ ਬਣਾ ਲੈਂਦੇ, ਸਭ ਤੋਂ ਪਹਿਲਾਂ ਆਪਾਂ ਨੂੰ ਸੜਕਾਂ ਦਾ, ਨਾਲੀਆਂ ਦਾ, ਸੀਵਰੇਜ ਦਾ ਕੰਮ ਕਰਨਾ ਚਾਹੀਦਾ। ਦੇਖੋ ਜੀ, ਮੈਂ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੂੰ ਆਹੀ ਪੁੱਛਣਾ ਚਾਹੂੰਗਾ ਕਿ ਤੁਸੀਂ ਚਾਰੇ ਚਪੇਰੇ ਆਪਣੇ ਨਾਭੇ ਦੇ 5 ਗੇਟ ਸਾਧੂ ਸਿੰਘ ਜੀ ਬਣਾ ਰਹੇ ਨੇ, ਤੁਸੀਂ ਲਾਹੌਰਾਂ ਗੇਟ 'ਤੇ ਚਲ ਜਾਓ, ਤੁਸੀਂ ਥੋਈ ਰੋਡ 'ਤੇ ਚਲ ਜਾਓ, ਤੁਸੀਂ ਬੌੜਾਂ ਗੇਟ 'ਚ ਚਲ ਜਾਓ, ਤੁਸੀਂ ਪਟਿਆਲਾ ਗੇਟ 'ਤੇ ਚਲ ਜਾਓ, ਤੁਸੀਂ ਗ੍ਰਿੱਡ ਚੌਂਕ 'ਚ ਚਲ ਜਾਓ, ਸੜਕਾਂ ਦਾ ਇੰਨਾ ਬੁਰਾ ਹਾਲ ਹੈ। ਮੈਂ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੂੰ ਕਹੂੰਗਾ ਕਿ ਗੇਟ ਬਣਾਉਣੇ ਸੀ, ਬਾਅਦ 'ਚ ਬਣਾਉਣੇ ਸੀ, ਸਭ ਤੋਂ ਪਹਿਲਾਂ ਤੁਹਾਨੂੰ ਨਾਭੇ ਦੀ ਸੜਕਾਂ ਦਾ ਵਿਕਾਸ, ਸੀਵਰੇਜ ਦਾ ਵਿਕਾਸ, ਵਾਟਰ ਸਪਲਾਈ ਦਾ ਵਿਕਾਸ, ਸਟਰੀਟ ਲਾਈਟ ਦਾ ਵਿਕਾਸ ਇਹ ਕਰਨਾ ਚਾਹੀਦਾ ਸੀ। ਗੇਟ ਤਾਂ ਆਪਾਂ ਬਾਅਦ 'ਚ ਵੀ ਬਣਾ ਲੈਂਦੇ। ਅਤੇ ਨਾਲ ਸਾਧੂ ਸਿੰਘ ਧਰਮਸੋਤ ਜੀ ਹੁਣੀ ਪਿਛਲੇ 2 ਦਿਨ ਪਹਿਲਾਂ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਕਿ ਮੈਂ ਇੱਕ ਬਹੁਤ ਵਧੀਆ 1.5 ਕਰੋੜ ਰੁਪਈਆ ਲਾ ਕੇ ਪਾਰਕ ਬਣਾ ਰਿਹਾ, ਨਾ ਅਸੀਂ ਕਿਸੇ ਕੁੱਤੇ ਨੂੰ ਅੰਦਰ ਵੜਨ ਦੇਵਾਂਗੇ, ਨਾ ਕਿਸੇ ਬੰਦੇ ਨੂੰ ਅੰਦਰ ਵੜਨ ਦੇਵਾਂਗੇ। ਮੈਂ ਸਾਧੂ ਸਿੰਘ ਧਰਮਸੇ ਜੀ ਨੂੰ ਪੁੱਛਣਾ ਚਾਹੁੰਦਾ, ਜੇ ਆਪਾਂ ਕਿਸੇ ਕੁੱਤੇ ਦੇ ਬੰਦੇ ਨੂੰ ਅੰਦਰ ਨਹੀਂ ਵੜਨ ਦੇਵਾਂਗੇ ਤਾਂ ਇਹ ਜੇ ਪਾਰਕ ਬਣਾਉਣ ਦਾ ਫਾਇਦਾ ਕੀ ਹੈ? ਅਸੀਂ ਕੁੱਤਾ ਬਿੱਲਾ ਦਾ ਸੁਣਿਆ ਸੀ, ਕੁੱਤਾ ਬੰਦਾ ਅਸੀਂ ਮੰਤਰੀ ਸਾਹਿਬ ਦੇ ਮੂੰਹ ਤੋਂ ਪਹਿਲੀ ਵਾਰੀ ਸੁਣਿਆ।
थूई साहब, सब तो पहला 2017 च जदों सरकार कैप्टन साहब की बनी सी तो कैप्टन साहब ने पंजाबियों के नौजवान मुंडियां लिए यह वादा किया कि असी घर घर नौकरी देवांगे, जे असी नौकरी नहीं दे सकते तो असी 2500 बेरोजगारी भत्ता देवांगे। तो तुसी ये देख लो कि कैप्टन साहब ने तीन परिवारों नू 2017 तो लैके 2021 चल रहा 6 महीने सरकार दे रह गए, तीन परिवारों जेडे करोड़पति परिवार ने, सरदार रवनीत सिंह बिट्टू जी जेडे मैंबर पार्लीमेंट ने लुधियाणों तो, उन्हां दे छोटे भरा नू उन्होंने DSP का अहुदा दिता, उस तो बाद उन्होंने सरदार फतेह जंग बाजवा जी जेडे मौजूदा MLA ने, जिन्हां दे वड्डे भाई पंजाब प्रदेश कांग्रेस कमेटी के सबका प्रधान रहे ने सरदार प्रताप सिंह बाजवा, मौजूदा राज्यसभा के मैंबर ने, उन्होंने बेटे नू फतेह जंग जी दे उन्होंने इंस्पैक्टर की पंजाब पुलिस की नौकरी दिती, उहदे नाल नाल राकेश पांडे जी जेडे 6 वार तो कांग्रेस पार्टी के MLA ने, उन्होंने बेटे नू नायब तहसीलदार की नौकरी दिती। मैं कैप्टन साहब नू पुछना चाहना, कैप्टन साहब पूरे पंजाब च इन्ने नौजवान अपने वेले बैठे ने, बेरोजगारी इन्नी ज़्यादा वध गई पंजाब च, थानू आह तीन परिवार ही दिखे ने, ये सब तो वड्डे बेरोजगार ने। मैं तो कैप्टन साहब नू आही बेही बेनती करदा कि यह जिहड़ा डिसीजन उन्होंने लिता है इनू तुरंत वापस लेना चाहिए, तो एक आम सधारण परिवारों के बच्चों नू नौकरी देनी चाहिए है। तुसी देखो एक पासे तो जिहड़ा रेवेन्यू पटवार दे यूनियन हड़ताल तो 21 तरीक नू जा रही है, 2700 साढ़े जिहड़े सर्कल ने वो खाली पे ने, यानी कि इन्ना ज़्यादा, यानी कि 11000 तो लैके 20000 जिहड़ी नौकरी है, मैं कहना कल्ले रेवेन्यू डिपार्टमेंट च कैप्टन साहब दे सकदे ने वो सारे बिल। देखो जी, जिहड़ी सरदार रवनीत सिंह बिट्टू जी ने साढ़े दलित भाईचारे वास्ते शब्दावली वरती है, मैं तो उन्होंने यही बेनती करदा उन्होंने माफ़ी मंगनी चाहिए है, अपनी ये जिहड़े शब्द साढ़े भाईचारे बारे बोले ने वह वापस लैन, तो ये जिहड़ी बहुत वड्डी ठेस साढ़े दलित भरावां च साढ़े गरीब भरावां च पहुँची है, ये उन्होंने अपनी शब्दावली वापस ले। सरदार सुखबीर सिंह बादल जी ने जिहड़े साढ़े पार्टी के प्रधान ने, उन्होंने एक बड़ा इतिहासिक ते बहुत वधिया फैसला किया जिहड़ा बहुजन समाज पार्टी नाल 2022 दी आने वाली विधानसभा चोणां वास्ते अलायंस किया। देखो तुसी हुशियारपुर च बहुजन समाज पार्टी मैंबर पार्लीमेंट दा इलैक्शन लड़ी सी, उत्ते वो 1,80,000 के करीब वोटां लैके गई, आनंदपुर साहब च 1,32,000 के करीब वोटां लैके गई, जलंधर च 2,08,000, यानी कि तुसी जे इहदा एसटीमेट लाओ तो 25-20% जिहड़ी वोट शेयर है वह साढ़े दुआबे बैल्ट च BSP की वधी है, तो नाल नाल साढ़ी 36% जिहड़ी SC भाईचारे की नाभे हल्के की वोट है, इस च साढ़े बाबू कबीरदास जी नू बहुत आने वाले विधानसभा च बड़ा फायदा होगा कि BSP ते अकाली दल दा जिहड़ा इह गठबंधन होया, असी इह वड्डी लीड नाल नाभे दी सीट जित के सरदार सुखबीर सिंह बादल दी झोली च पावांगे। बहुत वधिया उन्होंने इह जिहड़ा गठबंधन कीता है।